ਦਿੱਲੀ ਕਮੇਟੀ ਚੋਣਾਂ ਤੋਂ ਠੀਕ ਪਹਿਲਾਂ ਡੀਐਸਜੀ ਐਮਸੀ ਅਹੁਦੇਦਾਰਾਂ ਵੱਲੋਂ ਸਿੱਖ ਬੱਚਿਆਂ ਨੂੰ ਸਿਵਲ ਸੇਵਾਵਾਂ 'ਚ ਤਿਆਰੀ ਲਈ ਆਈਏਐਸ ਕੋਚਿੰਗ ਅਕੈਡਮੀ ਖੋਲਣ ਉੱਪਰ ਤਿੱਖੇ ਤੰਜ ਕੱਸਦਿਆਂ ਦਿੱਲੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਗੁਰਮੀਤ ਸਿੰਘ ਛੰਟੀ ਨੇ ਇਹ ਕਹਿੰਦਿਆਂ ਸਵਾਲ ਚੁੱਕੇ ਹਨ ਕਿ 8 ਸਾਲ ਪਹਿਲਾਂ ਆਈਏਐਸ ਅਕੈਡਮੀ ਨੂੰ ਬੰਦ ਕਰਕੇ ਹੁਣ ਮੁੜ ਖੋਲਣ ਦੇ ਦਾਅਵਿਆਂ ਨਾਲ ਮਨਜਿੰਦਰ ਸਿੰਘ ਸਿਰਸਾ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੇ ਹਨ ਸੋ ਮੈਂ ਸਭ ਤੋਂ ਪਹਿਲਾਂ ਉਹਨਾਂ ਬੱਚਿਆਂ ਵਾਸਤੇ ਇਹ ਸੰਬੋਧਨ ਕਰ ਰਿਹਾ ਹਾਂ ਇਹ ਵੀਡੀਓ ਪਾ ਰਿਹਾ ਹਾਂ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਕਿ ਲੋਡ ਬਦਲੋਗਾ ਤਾਂ ਕਿ ਵੀਡੀਓ ਪਹੁੰਚੇ ਸਾਡਾ ਪਰਪਸ ਕੀ ਹੈ ਔਰ ਅਸੀਂ ਕਰਨ ਕੀ ਜਾ ਰਹੀ ਹੈ ਅਸੀਂ ਬੱਚੇ IAS IPS ਬਣਨ IGS ਬਣਨ IRS ਬਣਨ ਸਿਵਲ ਸਰਵਿਸ ਅੰਦਰ ਜਾਣ ਉਹਦੇ ਲਈ ਇੱਕ ਨਵਾਂ ਤਰੀਕਾ ਅਡਾਪਟ ਕੀਤਾ ਹੈ ਅਸੀਂ ਉਹਨਾਂ ਬੱਚਿਆਂ ਦੀ 85% ਫੰਡਿੰਗ ਕਰਾਂਗੇ 85% ਫੰਡਿੰਗ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਕਰੂਗੀ ਔਰ ਇਹਦੇ ਅੰਦਰ ਉਸ ਬੱਚੇ ਦਾ ਰਹਿਣਾ ਸਹਿਣਾ ਦਿੱਲੀ ਚੰਦਰ ਔਰ ਉਹ ਜਿਸ ਇੰਸਟੀਚਿਊਟ ਚ ਉਹ ਕੋਚਿੰਗ ਲੈਣਾ ਚਾਹੁੰਦਾ ਅਸੀਂ ਇਹ ਨਹੀਂ ਕਿਹਾ ਕਿ ਅਸੀਂ ਕੋਚਿੰਗ ਦੇਵਾਂਗੇ ਅਸੀਂ ਕੋਚਿੰਗ ਵਾਸਤੇ ਬੰਦੇ ਹਾਇਰ ਕਰੀਓ ਇਹੋ ਜੇ ਨਾ ਹੋਣ ਉਹਨਾਂ ਦੀ ਕਾਬਲੀਅਤ ਨਾ ਹੋਣ ਸਾਡਾ ਬੱਚਾ ਰਹਿਜੀ ਗਲਤ ਹੈ ਜਿਹੜੇ ਐਗਜ਼ਿਸਟਿੰਗ ਬੈਸਟ ਕੋਚਿੰਗ ਕਾਲਜਿਸ ਨੇ ਇੰਸਟੀਚੂਟਸ ਨੇ ਜਿਨ੍ਹਾਂ ਦੇ ਅੰਦਰ ਰਿਜ਼ਲਟ ਨੇ 100% ਦਿੱਲੀ ਦੇ ਅੰਦਰ ਅਸੀਂ ਉਹਨਾਂ ਚੋਂ ਉਹਨਾਂ ਨੂੰ ਬੈਸਟ ਐਜੂਕੇਸ਼ਨ ਪ੍ਰੋਵਾਈਡ ਕਰਾਉਣੀ ਹੈ ਫੀਸ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਉਹਨਾਂ ਬੱਚਿਆਂ ਦੀ ਦੇਊਗੀ ਜਿਹੜੇ ਬੱਚੇ ਇਸ ਕਾਬਲੀਅਤ ਸਨੇਹੀ ਕਿ ਉਹ ਬਣ ਸਕਦੇ ਉਹ ਇਸ਼ਾਰਾ ਸਾਲ 2013 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕਾਰਜਕਾਲ ਵੱਲ ਕਰਦੇ ਨਜ਼ਰਾਏ ਹਨ ਆਈਐਸ ਅਕੈਡਮੀ ਦੇ ਮੁੱਦੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਾਅਵਿਆਂ ਤੇ ਸਵਾਲ ਚੁੱਕਦੇ ਹੋਏ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਸਰਦਾਰ ਗੁਰਮੀਤ ਸਿੰਘ ਛੰਟੀ ਨੇ ਕਿਹਾ ਕਿ ਸਾਲ 2012 ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਖੋਲੀ ਗਈ ਆਈਐਸ ਅਕੈਡਮੀ ਨੂੰ ਬਾਦਲਾਂ ਦੀ ਕਮੇਟੀ ਨੇ ਬੰਦ ਕਰਵਾ ਦਿੱਤਾ ਸੀ ਜੇ ਉਹ ਅਕੈਡਮੀ ਬੰਦ ਨਾ ਕਰਵਾਈ ਹੁੰਦੀ ਤਾਂ ਅਜ 400 ਵੱਦ ਲੋੜਵੰਦ ਸਿੱਖ ਵਿਦਿਆਰਥੀ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਯੋਗਤਾ ਬਣਾ ਚੁੱਕੇ ਹੁੰਦੇ ਉਹਨਾਂ ਪੁੱਛਿਆ ਕਿ ਹੁਣ ਕਮੇਟੀ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਕਿਸੇ ਮੂ ਨਾਲ ਲੋੜਵੰਦ ਸਿੱਖ ਬੱਚਿਆਂ ਲਈ ਆਈਐਸ ਅਕੈਡਮੀ ਖੋਲਣ ਦੇ ਦਾਅਵੇ ਕਰ ਰਹੇ ਹਨ ਜਦਕਿ ਸਰਨਾ ਕਾਲ ਵਿੱਚ ਖੋਲੀ ਗਈ ਅਕੈਡਮੀ ਤਾਂ ਮਨਜੀਤ ਸਿੰਘ ਜੀਕੇ ਦੇ ਸਿਰਸਾ ਦੀ ਜੋੜੀ ਨੇ ਬੰਦ ਕਰਵਾ ਦਿੱਤੀ ਸੀ ਸਰਨਾ ਦੇ ਸਮੇਂ ਤਾਂ ਅਕੈਡਮੀ ਖੋਲਣ ਤੋਂ ਪਿੱਛੋਂ 25-30 ਵਿਦਿਆਰਥੀਆਂ ਨਾਲ ਅਕੈਡਮੀ ਦਾ ਪਹਿਲਾ ਬੈਚ ਵੀ ਸ਼ੁਰੂ ਹੋ ਗਿਆ ਸੀ ਅਤੇ ਅਕੈਡਮੀ ਲਈ ਸਾਬਕਾ ਅਫਸਰਾਂ ਯੂਨੀਵਰਸਿਟੀ ਅਤੇ ਕਾਲਜਾਂ ਦੇ ਸਾਬਕਾ ਪ੍ਰੋਫੈਸਰਾਂ ਨੂੰ ਪੜ੍ਹਾਉਣ ਲਈ ਨਾਮਜ਼ਦ ਵੀ ਕਰ ਦਿੱਤਾ ਗਿਆ ਸੀ ਪਰ 2013 ਦੀਆਂ ਚੋਣਾਂ ਜਿੱਤਣ ਪਿੱਛੋਂ ਬਾਦਲਾ ਨੇ ਕਮੇਟੀ ਦਾ ਪ੍ਰਬੰਧ ਸੰਭਾਲ ਦੇ ਸਾਰ ਸਰਨਾ ਕਾਲ ਦੇ ਚੰਗੇ ਫੈਸਲਿਆਂ ਦੇ ਨਾਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੌਰਥ ਕੈਂਪਸ ਵਿਖੇ ਖੋਲੀ ਗਈ ਆਈਐਸ ਅਕੈਡਮੀ ਵੀ ਬੰਦ ਕਰਵਾ ਦਿੱਤੀ ਸੀ ਫਿਰ ਅੱਜ ਕਿਸ ਆਧਾਰ ਤੇ ਸਿਰਸਾ ਮੂੜ ਅਕੈਡਮੀ ਸ਼ੁਰੂ ਕਰਨ ਦੇ ਦਾਅਵੇ ਕਰ ਰਹੇ ਹਨ ਕਿ ਕਮੇਟੀ ਦੀਆਂ ਚੋਣਾਂ ਸਿਰ ਤੇ ਹੋਣ ਕਰਕੇ 8 ਸਾਲ ਪਹਿਲਾਂ ਬੰਦ ਕੀਤੀ ਗਈ ਅਕੈਡਮੀ ਨੂੰ ਮੂੜ ਆਪਣੀ ਸਿਆਸੀ ਸ਼ੌਹਰਤ ਲਈ ਸਿਰਸਾ ਖੋਲਣ ਦੇ ਦਾਅਵੇ ਕਰ ਰਹੇ ਹਨ ਇਹ ਸਵਾਲ ਉਹਨਾਂ ਨੇ ਚੁੱਕੇ ਹਨ ਗੁਰਮੀਤ ਸਿੰਘ ਸ਼ੰਟੀ ਨੇ ਸਵਾਲ ਇਹ ਵੀ ਕੀਤਾ ਹੈ ਕਿ ਇਸ ਦੌਰਾਨ ਜਿਹੜੇ ਵਿਦਿਆਰਥੀ ਆਈਐਸ ਪ੍ਰੀਖਿਆਵਾਂ ਦੀ ਤਿਆਰੀ ਕਰਨ ਤੋਂ ਵਾਂਝੇ ਰਹਿ ਗਏ ਉਨ੍ਹਾਂ ਦਾ ਦੋਸ਼ੀ ਕੌਣ ਹੈ ਜ਼ਿਕਰ ਖਾਸ ਹੈ ਕਿ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਿੱਖ ਬੱਚਿਆਂ ਲਈ ਆਈਐਸ ਕੋਚਿੰਗ ਲਈ ਅਕੈਡਮੀ ਚਲਾਈ ਜਾਵੇਗੀ ਜਿਸ ਵਿੱਚ ਯੋਗ ਅਤੇ ਲੋੜਵੰਦ ਸਿੱਖ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦਿੱਤੀ ਜਾਵੇਗੀ ਸਿਵਲ ਸੇਵਾਵਾਂ ਵਿੱਚ ਸਿੱਖ ਕੌਮ ਦੀ ਨੁਮਾਇੰਦਗੀ ਵਧਾਉਣ ਲਈ ਇਹ ਇੱਕ ਚੰਗਾ ਅਤੇ ਉਸਾਰੂ ਕਦਮ ਹੈ ਪਰ ਦਿਨ ਚੋਣਾਂ ਦੇ ਹਨ ਸੋ ਹਰ ਮੁੱਦੇ ਦੇ ਸਿਆਸਤ ਦਾ ਪਕੜਣਾ ਜ਼ਾਹਿਰ ਹੈ ਸਿਰਸਾ ਵੱਲੋਂ ਅਕੈਡਮੀ ਸ਼ੁਰੂ ਕਰਨ ਦੇ ਸਮੇਂ ਉੱਪਰ ਵੀ ਵਿਰੋਧੀ ਧਿਰਾਂ ਹੁਣ ਸਵਾਲ ਚੁੱਕਣ ਲੱਗੀਆਂ ਹਨ ਬਿਊਰ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਅਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ